ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫਿਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੋਗਰਾਮ ਸਨਮੁੱਖ, ਅਤੇ ਸਨਮੁੱਖ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਉਹ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਸਭ ਤੋਂ ਵੱਡੀ ਗੱਲ, ਜਿਸ ਤਰ੍ਹਾਂ ਦੇ ਹਾਲਾਤ ਹੁਣ ਚੱਲ ਰਹੇ ਨੇ, ਜਿਸ ਤਰ੍ਹਾਂ ਪੰਜਾਬੀ ਗਾਇਕੀ ਦੇ ਵਿੱਚ, ਗੀਤਕਾਰੀ ਦੇ ਵਿੱਚ ਅਸਭਿਅਤਾ ਫੈਲੀ ਹੋਈ ਹੈ, ਜਿਸ ਤਰ੍ਹਾਂ ਪੰਜਾਬੀ ਗੀਤਕਾਰੀ ਜਿਹੜੀ ਅਸਭਿਅਤ ਹੋ ਚੁੱਕੀ ਹੈ, ਇੱਥੇ ਸੱਭਿਆਚਾਰ ਦੀ ਵਾਂਗਡੋਰ ਨੂੰ ਸੰਭਾਲਦੇ ਹੋਏ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਆਪਣੇ ਆਪ ਨੂੰ ਕਾਇਮ ਰੱਖਿਆ ਹੋਇਆ। ਸੋ ਮੇਰੀ ਮੁਰਾਦ ਹੈ ਗੁਰਵਿੰਦਰ ਬਰਾੜ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਜੀ, ਔਰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਰਾੜ ਸਾਹਿਬ, ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਤੁਸੀਂ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੋਇਆ, ਚਾਹੇ ਉਹ ਗੀਤਕਾਰੀ ਹੋਵੇ ਚਾਹੇ ਗਾਇਕੀ ਹੋਵੇ, ਤਾਂ ਪਹਿਲਾਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਹੜਾ ਤੁਹਾਡਾ ਗਾਇਕੀ ਦਾ ਸਫ਼ਰ ਹੈ, ਕਿਸ ਤਰ੍ਹਾਂ ਸ਼ੁਰੂ ਹੋਇਆ? ਮੈਂ ਐਕਚੁਲੀ ਪਹਿਲਾਂ ਲਿਖਣ ਤੋਂ ਸ਼ੁਰੂ ਕੀਤਾ ਆਪਣਾ ਕੰਮ। ਪਹਿਲਾਂ ਮੈਂ ਕਾਲਜ 'ਚ ਲਿਖਦਾ ਹੁੰਦਾ ਸੀਗਾ ਕਵਿਤਾਵਾਂ ਵਗੈਰਾ, ਫਿਰ ਕਮਰਸ਼ੀਅਲ ਗਾਣੇ ਲਿਖਣੇ ਸ਼ੁਰੂ ਕੀਤੇ, ਫਿਰ ਇੱਕ ਦੋ ਪ੍ਰੋਗਰਾਮਾਂ 'ਤੇ ਗਾਇਆ, ਉਹ ਸਟੇਜਾਂ ਦਾ ਰਿਸਪੋਂਸ ਵਧੀਆ ਆਇਆ ਤਾਂ ਐਂ ਸੋਚਿਆ ਵੀ ਚਲੋ ਸ਼ੁਰੂ ਕਰ ਲਈਏ। ਸੋ ਪਹਿਲਾਂ ਇਹ ਥੋੜ੍ਹਾ ਥੋੜ੍ਹਾ ਸਿਲਸਿਲਾ ਸ਼ੁਰੂ ਹੋਇਆ। ਫਿਰ ਰਾਜ ਬਰਾੜ ਬਾਈ ਮਿਲੇ ਮੈਨੂੰ, ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕਮਰਸ਼ੀਅਲ ਗਾਣੇ ਲਿਖਿਆ ਕਰ। ਸੋ ਫਿਰ ਅਸੀਂ ਉਹਨਾਂ ਨਾਲ, ਮੈਂ ਟੇਪਾਂ ਵੀ ਦੋ ਕੀਤੀਆਂ, ਘੋੜੀਆਂ ਰੱਖਣ ਦਾ ਸ਼ੌਂਕ ਹੀ, ਪਹਿਲਾ ਗਾਣਾ ਜਿਹੜਾ ਚੱਲਿਆ ਉਹ ਉਹਨਾਂ ਨਾਲ ਕੀਤਾ ਸੀ। ਤੁਹਾਡੀ ਗੀਤਕਾਰੀ ਦੇ ਵਿੱਚ ਜਿਹੜਾ ਸਭ ਤੋਂ ਹੈ ਵੀ ਸਮਾਜਿਕ ਦਰਪਣ, ਜੇ ਆਪਾਂ ਕਹਿ ਸਕਦੇ ਹਾਂ, ਸਮਾਜ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਸਮਾਜ ਵਿਚਰ ਰਿਹਾ, ਜਿਸ ਤਰ੍ਹਾਂ ਅੱਜ ਦੇ ਸਮਾਜ ਦੀ ਜਿਹੜੀ ਦਿਸ਼ਾ ਅਤੇ ਦਸ਼ਾ, ਉਹਨੂੰ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਇਹਦੀ ਕੋਈ ਖਾਸ ਵਜ੍ਹਾ ਜਾਂ ਕੀ ਮਹਿਸੂਸ ਕਰਦੇ ਹੋ ਇਸ ਬਾਰੇ? ਇਹਦੇ ਵਿੱਚ ਦੋ ਚੀਜ਼ਾਂ, ਇੱਕ ਥੋੜ੍ਹੀ ਮੈਂ ਸਮਝਦਾ ਐਜੂਕੇਸ਼ਨ, ਥੋੜ੍ਹੀ ਫੈਮਿਲੀ ਬੈਕਗਰਾਊਂਡ, ਕਿਉਂਕਿ ਮੱਧ ਵਰਗੀ ਕਿਸਾਨੀ ਪਰਿਵਾਰ ਦੇ ਵਿੱਚੋਂ, ਅਤੇ ਇੱਕ ਇਹਦੇ 'ਤੇ ਮੇਰੇ 'ਤੇ ਮਤਲਬ ਮੇਰੀ ਲਾਈਫ 'ਤੇ ਉਸ ਚੀਜ਼ ਦਾ ਅਸਰ ਕਿ ਪ੍ਰੋਫੈਸਰ ਅਜਮੇਰ ਸਿੰਘ ਔਲਖੋਰਾ ਨਾਲ ਜਦੋਂ ਰਿਸ਼ਤਾ ਨਾਤਾ ਜੁੜਿਆ, ਤਾਂ ਫਿਰ ਉਹਨਾਂ ਦੇ ਮੈਂ ਨਾਟਕ ਪੜ੍ਹੇ ਵੇਖੇ ਜਾਂ ਹੋਰ ਜਿਹੜਾ ਲਿਟਰੇਚਰ ਪੜ੍ਹਿਆ, ਸੋ ਮੈਨੂੰ ਉਹ ਯਥਾਰਥਵਾਦੀ ਜਿਹੜਾ ਲਿਟਰੇਚਰ ਜਿਹਨੂੰ ਕਹਿੰਦੇ ਆ, ਜਿਹੜੀ ਰਿਐਲਿਟੀ ਦੇ ਨਾਲ ਜੁੜੀ ਹੋਈ ਗੱਲ ਹੈ, ਸੋ ਮੈਨੂੰ ਹਮੇਸ਼ਾ ਹੀ ਚੰਗੀ ਲੱਗੀ। ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਨਿੱਜ ਤੋਂ ਹਟ ਕੇ ਵੀ ਕੁਛ ਗੱਲਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਤੁਹਾਡੇ ਸਮਾਜ ਦੇ ਵਾਸਤੇ, ਤੁਹਾਡੇ ਆਲੇ ਦੁਆਲੇ ਜੋ ਹੋ ਰਿਹਾ, ਕਿਉਂਕਿ ਇੱਕ ਸ਼ਾਇਰ, ਇੱਕ ਕਲਾਕਾਰ ਉਹੀ ਹੈ ਜਿਹੜਾ ਸੱਚ ਬੋਲਦਾ, ਕਿਉਂਕਿ ਕਲਾ ਦਾ ਨਾਮ ਹੀ ਦੂਸਰਾ ਨਾਮ ਹੀ ਸੱਚ ਹੈ। ਬਿਲਕੁਲ ਹੈਂਜੀ। ਸੋ ਉਹਨੂੰ ਸਿਸਟਮ ਦੇ ਵਿੱਚ ਵੀ ਜਿਹੜੀਆਂ ਕਮੀਆਂ ਉਹਦੀ ਗੱਲ ਵੀ ਕਰਨੀ ਚਾਹੀਦੀ ਹੈ। ਚਲੋ ਪਿਆਰ ਮੁਹੱਬਤ ਦੀਆਂ ਗੱਲਾਂ ਤਾਂ ਸਾਰੇ ਹੀ ਆਪਾਂ ਕਰਦੇ ਹਾਂ ਗੀਤਾਂ ਦੇ ਵਿੱਚ। ਜਿਹੜਾ ਇਸ਼ਕ ਹਕੀਕੀ ਦੀ ਗੱਲ ਗੀਤਕਾਰੀ ਦੇ ਵਿੱਚ ਖਾਸ ਕਰਕੇ ਕੀਤੀ ਜਾਂਦੀ ਹੈ, ਜੇ ਆਪਾਂ ਗੱਲ ਕਰੀਏ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਇਸ਼ਕ ਹਕੀਕੀ, ਉਸ ਦੇ ਨਾਲ ਨਾਲ ਜਿਹੜਾ ਇਸ਼ਕ ਮਜਾਜੀ ਦੀ ਗੱਲ ਹੈ, ਪਰਮਾਤਮਾ ਦੀ ਗੱਲ ਹੈ, ਰੱਬ ਦੀ ਗੱਲ ਹੈ, ਸਾਡੇ ਰਿਸ਼ਤਿਆਂ ਦੀ ਗੱਲ ਹੈ, ਜਿਹਦੇ ਵਿੱਚ ਸਾਡੇ ਮਾਪੇ ਭੈਣ ਭਰਾ, ਕੱਲ ਆਪਾਂ ਇਸ਼ਕ ਨੂੰ ਹੀ ਪ੍ਰਮੋਟ ਨਹੀਂ ਕੀਤਾ, ਅੱਜ ਕੱਲ੍ਹ ਦੀ ਜਿਹੜੀ ਗੀਤਕਾਰੀ ਉਹ ਸਿਰਫ ਅਤੇ ਸਿਰਫ ਇਸ਼ਕ ਨੂੰ ਕਾਲਜਾਂ ਨੂੰ ਜਾਂ ਮਤਲਬ ਕਹਿ ਲਓ ਵੀ ਚੰਡੀਗੜ੍ਹ ਬੁਲਟ ਇਸ ਤਰ੍ਹਾਂ ਦੇ ਜਿਹੜੀ ਗਾਇਕੀ ਹੈ ਜਾਂ ਗੀਤਕਾਰੀ ਪ੍ਰਫੁੱਲਿਤ ਹੋ ਰਹੀ ਹੈ, ਇਹਦੇ ਕੀ ਕਾਰਨ ਹੋ ਸਕਦੇ? ਇਹਦਾ ਕਾਰਨ ਇਹ ਹੈ ਜੀ, ਕਿਉਂਕਿ ਹੁਣ ਸੋਸ਼ਲ ਮੀਡੀਆ ਹੈ, ਔਰ ਸੋਸ਼ਲ ਮੀਡੀਆ ਦੇ ਸਭ ਤੋਂ ਵੱਧ ਜਿਹੜੇ ਐਕਟਿਵ ਨੇ ਉਹ ਟੀਨੇਜਰਸ ਨੇ ਜਾਂ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਯੂਥ ਹੈ, ਕਿਉਂਕਿ ਵਿਊਜ਼ ਵੀ ਉਹਨਾਂ ਨੇ ਵਧਾਉਣੇ ਆ, ਦੇਖਣੇ ਉਹਨਾਂ ਨੇ, ਬਾਕੀ ਬੰਦਿਆਂ ਦੇ ਕੋਲ ਤਾਂ ਮੈਨੂੰ ਲੱਗਦਾ ਇੰਨਾ ਟਾਈਮ ਨਹੀਂ ਹੁੰਦਾ ਕਿ ਸੋਸ਼ਲ ਮੀਡੀਆ ਹੈ ਨਾ। ਸੋ ਗੀਤਾਂ ਦੀ ਫਿਰ ਸਭ ਤੋਂ ਅੱਜ ਕੱਲ੍ਹ ਵਿਊਜ਼ ਦਾ ਮੁੱਲ ਪੈਣ ਲੱਗਾ ਜਿਹੜੇ ਰੀਅਲ ਵਿਊਜ਼ ਨੇ। ਨਹੀਂ, ਵੈਸੇ ਜੇ ਗੱਲ ਕਰੀਏ ਤੁਹਾਡੀ, ਜੇ ਆਪਾਂ ਗਾਇਕੀ ਦੀ ਗੱਲ ਕਰੀਏ, ਤੁਹਾਡੀ ਗੀਤਕਾਰੀ ਦੀ ਗੱਲ ਕਰੀਏ, ਬਹੁਤ ਸਾਰੇ ਸਰੋਤੇ, ਮੈਂ ਕਹਿੰਦਾ ਵੀ ਵੱਡੀ ਗਿਣਤੀ ਦੇ ਵਿੱਚ ਸਰੋਤਾ ਜਿਹੜਾ ਤੁਹਾਨੂੰ ਸੁਣਦਾ, ਤੁਹਾਨੂੰ ਸਮਝਦਾ, ਜਦੋਂ ਕਿ ਤੁਹਾਡੀ ਗਾਇਕੀ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੈਗਾ? ਉਹ ਤਾਂ ਹੈ, ਹਰ ਇੱਕ ਗਾਇਕੀ ਦੇ ਵੀਰ ਆਪਣੇ ਇੱਕ ਸਰੋਤੇ ਨੇ, ਹੈ ਨਾ, ਕਿਉਂਕਿ ਹਰ ਇੱਕ ਬੰਦੇ ਦੇ ਆਪਣੇ ਸਰੋਤੇ। ਅਗਰ ਮੈਂ ਸੋਸ਼ਲ ਸਰੋਕਾਰਾਂ ਦੀ ਗੱਲ ਕਰਦਾ, ਰਿਸ਼ਤਿਆਂ ਦੀ, ਮਾਪਿਆਂ ਦੀ, ਜਾਂ ਜਿਹੜੀਆਂ ਦੁੱਖ ਤਕਲੀਫਾਂ, ਕਿਸਾਨੀ ਦੀ ਕਿਤੇ ਗੱਲ ਕੀਤੀ ਹੈ, ਸ਼ਿਵ ਪਾਸ਼ ਜੋ ਵੀ ਗਾਇਆ ਜਿੰਨਾ ਵੀ, ਸੋ ਉਹ ਚੀਜ਼ਾਂ ਉਹਦੇ ਸਰੋਤੇ ਵੀ ਅਲੱਗ ਹੈਗੇ ਨੇ। ਜਿਵੇਂ ਅਸੀਂ ਪ੍ਰੋਗਰਾਮ ਕਰਦੇ ਹਾਂ ਨਾ, ਪ੍ਰੋਗਰਾਮਾਂ 'ਚ ਬਿਜ਼ੀ ਰਹਿਣਾ ਲਗਾਤਾਰ, ਤਾਂ ਉਹ ਬਹੁਤ ਪਿਆਰ ਨਾਲ ਲੋਕ ਸੁਣਦੇ ਨੇ। ਜਿਹੜੀ ਤੁਸੀਂ ਗੀਤਕਾਰੀ ਦਾ ਸਫ਼ਰ ਸ਼ੁਰੂ ਕੀਤਾ, ਉਸ ਤੋਂ ਬਾਅਦ ਗਾਇਕੀ ਵਾਲੇ ਪਾਸੇ ਆਏ, ਜਿਹੜੀ ਗਾਇਕੀ ਦੀ ਤੁਸੀਂ ਤਾਲੀਮ ਵੀ ਲਈ ਹੈ, ਕਿਸ ਤੋਂ ਸਿੱਖਿਆ, ਕਿਸ ਤਰ੍ਹਾਂ? ਮੈਂ ਜਦੋਂ ਸ਼ੁਰੂਆਤ ਕੀਤੀ ਆ ਤਾਂ ਮੈਂ ਜਦੋਂ ਸਟੇਜਾਂ ਅਸੀਂ ਲਾਉਣ ਲੱਗੇ ਤਾਂ ਮੈਨੂੰ ਮਤਲਬ ਜਿੱਥੋਂ ਕਿੱਥੋਂ ਕੋਈ ਬਾਕਾਇਦਗੀ ਨਾ ਉਸਤਾਦ ਨਾ ਹੀ ਮਿਲਿਆ, ਹੈ ਨਾ। ਸੋ ਮੈਨੂੰ ਮਹਿਸੂਸ ਹੁੰਦਾ ਸੀਗਾ, ਮੈਂ ਯਾਰ ਵੀ ਮਤਲਬ ਸਿੱਖਿਆ ਤਾਂ ਹੋਣਾ ਚਾਹੀਦਾ ਨਾ ਬੰਦਾ, ਕਿਉਂਕਿ ਬੇਸਿਕ ਚੀਜ਼ਾਂ ਤਾਂ ਆਉਣੀਆਂ ਚਾਹੀਦੀਆਂ। ਫਿਰ ਉਸ ਤੋਂ ਪਿੱਛੋਂ ਰੱਬ ਦਾ ਸਬੱਬ ਬਣਿਆ ਰਵੀ ਸ਼ਰਮਾ ਜੀ ਗੋਨੇਆਣਾ ਮੰਡੀ ਤੋਂ, ਸੋ ਉਹ ਮੈਨੂੰ ਮਿਲੇ, ਮੈਂ ਉਦੋਂ ਜੋਬ ਦੇ ਵਿੱਚ ਸੀ, ਗਵਰਨਮੈਂਟ ਜੋਬ ਮੈਂ ਕਰਦਾ ਸੀ, ਤਾਂ ਕੁਦਰਤੀ ਉਹ ਵੀ ਟੀਚਰ ਸੀਗੇ, ਸੋ ਉਹ ਮਿਲੇ, ਤਾਂ ਜਿਹੜੀ ਬੇਸਿਕਸ ਜਿਹੜੀਆਂ ਚੀਜ਼ਾਂ ਉਹਨਾਂ ਨੇ ਸਿਖਾਈਆਂ ਉਹ ਬਹੁਤ ਕੰਮ ਦੇ ਰਹੀਆਂ ਜੀ। ਇਹਦੇ ਵਿੱਚ ਜੇ ਗਾਇਕੀ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਬਕਾਇਦਾ ਸਿੱਖਿਆ, ਅੱਜ ਕੱਲ੍ਹ ਜਿਹੜੇ ਗਾਇਕ ਆ ਰਹੇ ਨੇ ਜਾਂ ਜਿਹੜੇ ਅੱਜ ਕੱਲ੍ਹ ਨਵੇਂ ਮੁੰਡੇ ਗਾ ਰਹੇ ਨੇ, ਉਹਨਾਂ ਨੂੰ ਬੇਸਿਕ ਤਾਲੀਮ ਤੋਂ ਉਹ ਵਾਂਝੇ ਨੇ, ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਸੁਰ ਅਤੇ ਤਾਲ ਦੀ ਉਹਨਾਂ ਨੂੰ ਸਮਝ ਨਹੀਂ ਹੈਗੀ,
ਸੋ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਅਸਟੈਬਲਿਸ਼ ਕਰਨ ਵਾਸਤੇ ਫਿਰ ਕੁਛ ਅਸਭਿਅਕ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਜਾਂ ਕੁਛ ਇਹੋ ਜਿਹੀ ਸ਼ਬਦਾਂ ਨੂੰ ਦਾ ਸਹਾਰਾ ਲੈਂਦੇ ਆ ਜਿਹਦੇ ਕਰਕੇ ਗਾਇਕੀ ਜਾਂ ਪੰਜਾਬੀ ਸੱਭਿਆਚਾਰ ਪਲੀਤ ਹੋ ਰਿਹਾ। ਇਹਦੇ ਵਾਸਤੇ ਇੱਕ ਕੋਈ ਖਾਸ ਸਟੈਪ ਹੋਣਾ ਚਾਹੀਦਾ ਜਾਂ ਸਰਕਾਰਾਂ ਵੱਲੋਂ ਕੋਈ ਇਸ ਬਾਉਂਡਿੰਗ ਹੋਣੀ ਚਾਹੀਦੀ ਹੈ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਨਹੀਂ ਦੇਖੋ, ਬਾਉਂਡਿੰਗ ਜੇ ਹੋ ਸਕਦੀ ਹੈ ਤਾਂ ਵੀਡੀਓਜ਼ ਦਾ ਸੈਂਸਰ ਜਿਹੜਾ ਹੁੰਦਾ ਉਹ ਹੋ ਜਾਵੇ ਤਾਂ ਬਹੁਤ ਵਧੀਆ, ਜਾਂ ਕੋਈ ਗਾਣਾ ਜਿਵੇਂ ਡਿਸਟਰਕਟਿਵ ਨਾ ਹੋਵੇ, ਜਿਹਦਾ ਜਿਹਦਾ ਨੈਗੇਟਿਵ ਪ੍ਰਭਾਵ ਪੈਂਦਾ ਹੈ ਨਾ, ਬੱਚੇ ਹੀ ਸੁਣਦੇ, ਬੱਚਿਆਂ ਤੋਂ ਲੈ ਕੇ ਸੁਣਦੇ, ਸੋ ਉਹਨਾਂ ਦਾ ਮਾਇੰਡ ਸੈਟਅਪ ਜਿਹੜਾ ਚੇਂਜ ਕਰਦੇ ਗਾਣੇ, ਹੈ ਨਾ। ਸੋ ਉਹ ਚੀਜ਼ 'ਤੇ ਜ਼ਰੂਰ ਸੈਂਸਰ ਹੋਣਾ ਚਾਹੀਦਾ। ਗਾਣਾ ਰਿਲੀਜ਼ ਹੋਵੇ ਕਿਸੇ ਬੁੱਧੀਜੀਵੀ ਉਹਦੇ ਵਿੱਚ ਹੋਣ, ਬੰਦੇ ਜਿਹੜੀ ਕਮੇਟੀ ਹੋਵੇ ਤਾਂ ਉਹ ਪਾਸ ਕਰਨ ਵੀ ਆ ਗਾਣਾ, ਭਾਈ ਚੱਲਣ ਵਾਲਾ ਕਿ ਨਹੀਂ ਚੱਲਣ ਵਾਲਾ, ਇਹ ਹੋ ਸਕਦਾ, ਇਹ ਮੈਨੂੰ ਇਹਦਾ ਪੋਸੀਬਲ ਤਾਂ ਸ਼ਾਇਦ ਹੈ ਨਹੀਂ। ਗੀਤਕਾਰੀ ਦੇ ਵਿੱਚ ਵੀ ਸੈਂਸਰ ਹੋਣਾ ਜ਼ਰੂਰੀ ਹੈ, ਕਿਉਂਕਿ ਸ਼ਬਦਾਂ ਦਾ ਵੀ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਆ ਗਾਇਕੀ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਜਿਹੜੇ ਕਿ ਆਪਾਂ ਐਕਸੈਪਟ ਨਹੀਂ ਹੁੰਦੇ ਸਾਡੇ ਪਰਿਵਾਰਾਂ ਨੂੰ, ਕਿਉਂਕਿ ਅਸੀਂ ਇੱਕ ਸੱਭਿਅਕ ਪਰਿਵਾਰਾਂ ਦਾ ਹਿੱਸਾ, ਤਾਂ ਸਾਨੂੰ ਉਹ ਸ਼ਬਦਾਂ 'ਤੇ ਵੀ ਰੋਕ ਮੇਰੇ ਹਿਸਾਬ ਨਾਲ ਹੋਣੀ ਚਾਹੀਦੀ। ਹਾਂਜੀ ਬਿਲਕੁਲ, ਬੇਸਿਕ ਤਾਂ ਸ਼ਬਦ ਹੀ ਹੈ, ਨੀਂਹ ਤਾਂ ਸ਼ਬਦ ਹੀ ਨੇ ਨਾ। ਹੁਣ ਮਿਊਜ਼ਿਕ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦਾ, ਵੀ ਮਿਊਜ਼ਿਕ ਤਾਂ ਚਾਹੇ ਵੈਸਟਰਨ ਹੋਵੇ ਜਾਂ ਉਹ ਹੈ ਤਾਂ ਉਹ ਸੱਤ ਸੁਰਾਂ ਹੀ ਨੇ, ਬਿਲਕੁਲ, ਚਾਹੇ ਉਹ ਗਿਟਾਰ 'ਚੋਂ ਕੱਢ ਲਓ, ਚਾਹੇ ਹਾਰਮੋਨੀਅਮ 'ਚੋਂ, ਚਾਹੇ ਤਾਨਪੁਰੇ ਦੇ ਵਿੱਚੋਂ, ਜਿਹੜੇ ਸੁਰ ਤਾਂ ਉਹੀ ਨੇ, ਬਿਲਕੁਲ, ਸੰਗੀਤ ਤਾਂ ਸਾਰੀ ਦੁਨੀਆ 'ਚ ਇੱਕ ਹੀ ਹੈ ਨਾ। ਸੋ ਉਹ ਸ਼ਬਦਾਂ ਦੀ ਗੱਲ ਹੈ ਜੀ, ਤੁਸੀਂ ਸ਼ਬਦ ਕਿਹੋ ਜਿਹੇ ਚੂਜ਼ ਕਰਦੇ ਹੋ, ਉਦੋਂ ਬਾਅਦ ਫਿਰ ਵੀਡੀਓ ਆ ਜਾਂਦੇ ਨੇ। ਹੁਣ ਵੀਡੀਓਜ਼ ਦੇ ਵਿੱਚ ਨੰਗੇਜ ਤਾਂ ਘਟਿਆ ਹੈ ਕੁਛ, ਭਾਵੇਂ ਕਹਿ ਲਓ, ਕਿਉਂਕਿ ਗਲੈਮਰਸ ਜਿਹੜੇ ਵੀਡੀਓ ਹੁੰਦੇ ਉਹਨੂੰ ਤੁਸੀਂ ਉਸ ਤਰੀਕੇ ਨਾਲ ਨਹੀਂ ਲੈ ਸਕਦੇ, ਪਰ ਜਿਹੜੇ ਸ਼ਬਦ ਨੇ ਉਹ ਹੁਣ ਜਦੋਂ ਫਿਰ ਇਹ ਕਹਿੰਦੇ ਭਾਈ ਲਾਈਕ ਹੀ ਇੱਦਾਂ ਦੇ ਕਰਦੇ, ਟੇਸਟੀ ਉੱਦਾਂ ਦਾ ਬਣ ਗਿਆ। ਨਹੀਂ ਜੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਜੇ ਆਪਾਂ ਕਹੀਏ, ਕਿਉਂਕਿ ਮੋਸਟਲੀ ਜਿਹੜੇ ਗਾਉਣ ਵਾਲੇ ਨੇ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਇਆ ਜਾਂਦਾ ਸਰੋਤਿਆਂ ਉੱਪਰ ਕਿ ਜੇ ਸਰੋਤੇ ਇਸ ਤਰ੍ਹਾਂ ਦਾ ਸੁਣਨਾ ਚਾਹੁੰਦੇ ਆ, ਸਰੋਤੇ ਜੋ ਪਸੰਦ ਕਰਦੇ ਆ, ਅਸੀਂ ਉਹੀ ਪੇਸ਼ ਕਰਦੇ ਹਾਂ। ਪਰ ਤੁਹਾਡੀ ਗੱਲ ਕਰੀਏ, ਤੁਹਾਡੇ ਸਰੋਤਿਆਂ ਦੀ ਗੱਲ ਕਰੀਏ, ਤਾਂ ਉਹਨਾਂ ਨੇ ਤੁਹਾਨੂੰ ਬਖੂਬੀ ਉਹਨਾਂ ਸ਼ਬਦਾਂ ਨਾਲ ਸਿਰ ਨਵਾਜਿਆ, ਆਪਣੀਆਂ ਪਲਕਾਂ 'ਤੇ ਬਿਠਾਇਆ, ਜਿਹੜੇ ਜਦੋਂ ਕਿ ਤੁਹਾਡੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਨਹੀਂ, ਖੈਰ ਇਹ ਤਾਂ ਹੈ, ਦੇਖੋ ਚੰਗਾ ਵੀ ਗਾਇਆ ਜਾਂਦਾ ਔਰ ਸੁਣਿਆ ਵੀ ਜਾਂਦਾ, ਹਰ ਇੱਕ ਤਰ੍ਹਾਂ ਦੇ ਸਰੋਤੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਔਰ ਮੈਨੂੰ ਤਾਂ ਖੈਰ ਬਹੁਤ ਪਿਆਰ ਮਿਲਦਾ ਔਰ ਮਿਲ ਰਿਹਾ। ਮੈਂ ਭਵਿੱਖ ਦੇ ਵਿੱਚ ਵੀ ਮੈਂ ਬਹੁਤ, ਕਿਉਂਕਿ ਮੈਂ ਖੁਦ ਲਿਖਦਾ, ਜਿਵੇਂ ਸ਼ਿਵ ਦੀ ਕਿਤਾਬ ਦਾ ਗੀਤ ਸੀਗਾ, ਉੱਥੋਂ ਇੱਕ ਮੋੜ ਕੱਟਿਆ ਗਿਆ, ਮੈਨੂੰ ਬੜਾ ਹੌਂਸਲਾ ਹੋਇਆ ਉਹ ਗਾਣਾ ਜਦੋਂ ਚੱਲਿਆ, ਅਤੇ ਮੈਂ ਉੱਦਾਂ ਦੇ ਗੀਤ, ਕਵਿਤਾ ਗੀਤ ਅਸੀਂ ਕੀਤਾ ਬਾਅਦ 'ਚ, ਅਕਲ ਕੀਤਾ, ਜਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਦਾਂ ਦੇ ਗੀਤ ਕਰਦੇ ਰਹਾਂਗੇ ਕਮਰਸ਼ੀਅਲ ਟਰੈਕਸ ਦੇ ਨਾਲ ਨਾਲ। ਅਗਲਾ ਜਿਹੜਾ ਮੈਂ ਸਵਾਲ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਸਿੰਗਰ ਹੈ ਜਿਹੜੇ, ਜੇ ਗਾਇਕ ਆ, ਉਹ ਆਪਣੀ ਗਾਇਕੀ ਦੇ ਨਾਲ ਨਾਲ ਫਿਲਮਾਂ ਵੱਲ, ਮੂਵੀਜ਼ ਵੱਲ ਜਿਹੜਾ ਆਪਣੇ ਕਦਮ ਵਧਾ ਰਹੇ ਨੇ, ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਵਿਚਾਰ ਹੈਗਾ ਜਾਂ ਪਹਿਲਾਂ ਤੁਸੀਂ ਕੋਈ ਮੂਵੀ ਕੀਤੀ ਹੋਵੇ ਤਾਂ ਉਹਦੇ ਬਾਰੇ ਸਾਡੇ ਦਰਸ਼ਕਾਂ ਦੱਸੋ? ਮੈਂ ਬਕਾਇਦਗੀ ਦੇ ਨਾਲ ਤਾਂ ਨਹੀਂ, ਇੱਕ ਦੋ ਮੇਰੇ ਦੋਸਤ ਸੀਗੇ ਉਹਨਾਂ ਫਿਲਮਾਂ 'ਚ, ਮੈਂ ਜਸਟ ਥੋੜ੍ਹਾ ਮੋਟਾ ਰੋਲ ਕੀਤਾ, ਪਰ ਮੈਂ ਹੁਣ ਬਕਾਇਦਗੀ ਦੇ ਨਾਲ ਜੇ ਕੋਈ ਅੱਛਾ ਕੰਸੈਪਟ ਹੁਣ ਆ ਰਹੇ ਨੇ ਸ਼ਾਇਦ ਕਰੀਏ ਕੰਮ, ਤਾਂ ਮੈਂ ਸੋਚਦਾ ਕਿ ਕੋਈ ਵੀ ਕੰਮ ਹੈ ਉਹਨੂੰ ਵਧੀਆ ਪੱਧਰ 'ਤੇ ਕੀਤਾ ਜਾਵੇ, ਸੋ ਜਦੋਂ ਬਾਬਾ ਜੀ ਹੁਕਮ ਕਰਨਗੇ ਤਾਂ ਉਹ ਸ਼ੁਰੂ ਕਰਾਂਗੇ ਜਲਦੀ। ਤੁਸੀਂ ਕੀ ਸਮਝਦੇ ਹੋ ਕਿ ਗਾਇਕੀ ਦੇ ਨਾਲ ਨਾਲ ਐਕਟਿੰਗ ਜਿਹੜਾ ਹੈਗਾ ਉਹਦੇ ਵਾਸਤੇ ਵੀ ਇੱਕ ਮਿਆਰੀ ਤੌਰ 'ਤੇ ਉਹਨੂੰ ਸਿੱਖਣਾ, ਉਹਦੇ ਬਾਰੇ ਸਮਝਣਾ, ਫਿਰ ਹੀ ਵੱਡੇ ਪਰਦੇ ਦੇ ਉੱਤੇ ਉਹਨੂੰ ਚੜ੍ਹਨਾ? ਬਹੁਤ ਸਾਰੇ ਜਿਹੜੇ ਗਾਇਕ ਆ ਉਹਨਾਂ ਨੂੰ ਐਕਟਿੰਗ ਦਾ ਹਜੇ ਉਨਾ ਗਿਆਨ ਨਹੀਂ ਹੈ ਜਾਂ ਮਤਲਬ ਉਹ ਉਨਾ ਪ੍ਰਭਾਵ ਨਹੀਂ ਛੱਡ ਰਹੇ ਵੱਡੇ ਪਰਦੇ 'ਤੇ, ਤੁਹਾਡਾ ਇਸ ਬਾਰੇ ਕੀ ਵਿਚਾਰ? ਬਿਲਕੁਲ ਜੀ, ਬੇਸਿਕ ਚੀਜ਼ਾਂ ਤਾਂ ਜਿਵੇਂ ਡਾਇਲੋਗ ਡਿਲੀਵਰੀ ਹੈ, ਨੈਚੁਰਲ ਕਿਵੇਂ ਬੋਲਣਾ ਹੈ ਤੁਸੀਂ, ਜੇ ਉਹ ਚੀਜ਼ਾਂ ਮੈਂ ਕਹਿੰਦਾ ਜੇ ਆਉਂਦੀਆਂ ਹੋਣ, ਕੈਮਰਾ ਕਿਵੇਂ ਫੇਸ ਕਰਨਾ, ਤਾਂ ਉਹ ਬਹੁਤ ਹੈਲਪ ਕਰਦੀਆਂ। ਕੋਈ ਵੀ ਹੋਮਵਰਕ ਕੀਤਾ ਕਿਸੇ ਗੱਲ ਲਈ, ਬਿਲਕੁਲ ਉਹਨੇ ਮੈਟਰ ਤਾਂ ਕਰਨਾ ਹੀ ਹੈ ਨਾ, ਜੇ ਤੁਸੀਂ ਘਰੋਂ ਤਿਆਰੀ ਕੀਤੀ ਕਿਸੇ ਵੀ ਚੀਜ਼ ਦੀ, ਤਾਂ ਉੱਥੇ ਅੱਗੇ ਜਾ ਕੇ ਤੁਸੀਂ ਬਹੁਤ ਸੌਖੇ ਰਹੋਗੇ, ਕਿਸੇ ਦਾ ਟਾਈਮ ਵੇਸਟ ਨਹੀਂ ਹੁੰਦਾ। ਬਿਲਕੁਲ ਜੀ, ਬਿਲਕੁਲ। ਤੁਸੀਂ ਫੇਕ ਵਿਊਜ਼ ਦੀ ਗੱਲ ਕੀਤੀ ਆ, ਵਿਊਜ਼ ਵਧਾਉਣ ਦੀ ਗੱਲ ਕੀਤੀ ਹੈ ਗਾਇਕੀ ਦੇ ਵਿੱਚ ਅੱਜ, ਮੈਂ ਤਾਂ ਇਹੀ ਕਹੂੰਗਾ ਕਿ ਪੈਸੇ ਦੇ ਸਿਰ ਦੇ ਉੱਤੇ ਗਾਇਆ ਜਾ ਰਿਹਾ, ਪੈਸੇ ਦੇ ਸਿਰ ਦੇ ਉੱਤੇ ਜਿਹੜੇ ਸਾਰੇ ਵਿਊਜ਼ ਵਗੈਰਾ ਲਏ ਜਾ ਰਹੇ ਆ, ਉਹਨਾਂ ਦੇਸ਼ਾਂ ਤੋਂ ਵਿਊ ਲਏ ਜਾ ਰਹੇ ਆ ਜਿਨ੍ਹਾਂ ਦੇਸ਼ਾਂ ਦੇ ਵਿੱਚ ਪੰਜਾਬੀ ਦਾ ਕੋਈ ਨਾਂ 'ਤੇ ਵੀ ਹੈ ਨਹੀਂ, ਪੰਜਾਬੀ ਬਾਰੇ ਕੋਈ ਜਾਣਦਾ ਹੀ ਨਹੀਂ। ਇਹਦੇ ਬਾਰੇ ਤੁਹਾਡਾ ਕਿ ਤੁਹਾਡਾ ਕਦੇ ਇਸ ਤਰ੍ਹਾਂ ਦਾ ਕੋਈ ਵਾਹ ਪਿਆ ਇਹਨਾਂ ਲੋਕਾਂ ਨਾਲ, ਜੇ ਜਿਹੜੇ ਕਹਿੰਦੇ ਹੁਣ ਜੀ ਅਸੀਂ ਵਿਊਜ਼ ਦਿਵਾਉਂਦੇ ਹਾਂ ਜਾਂ ਵਿਊਜ਼ ਅਸੀਂ ਤੁਹਾਨੂੰ ਖਰੀਦ ਕਰਕੇ ਦਿੰਦੇ? ਬਿਲਕੁਲ, ਫੋਨ ਪਹਿਲਾਂ ਆ ਰਹੇ ਆ, ਮੈਸੇਜ ਆਉਂਦੇ ਰਹੇ ਜਾਂ ਇੱਦਾਂ ਚਾਈਨੇ ਵਿਊ ਲੈ ਲਓ, ਹੁਣ ਆਪਣਾ ਤਾਂ ਸਿਸਟਮ ਹੀ ਉਹ ਨਹੀਂ, ਆਪਾਂ ਕਿਹੜੇ ਵਿਊ ਖਰੀਦਣੇ, ਹੈ ਨਾ, ਸਾਡੇ ਤਾਂ ਨੈਚੁਰਲ ਨੇ, ਹੁਣ ਗਾਣੇ ਵਧੀਆ ਨਿਕਲ, ਬਲਕਿ ਮੇਰੇ ਪੁਰਾਣੇ ਗੀਤ ਵੀ ਕਈ 20-20 ਮਿਲੀਅਨ ਕ੍ਰੋਸ ਕਰ ਗਏ ਸਿੰਪਲ ਜਿਹੇ ਵੀਡੀਓ ਨੇ। ਸੋ ਉਹ ਚੀਜ਼ਾਂ ਜੇ ਔਰਗੈਨਿਕ ਹੋਣ, ਓਰਿਜਨਲ ਹੋਣ, ਫਿਰ ਹੀ ਆ, ਜਦੋਂ ਤੁਹਾਨੂੰ ਪਤਾ ਤੁਹਾਡੇ ਵਿਊ ਆਪ ਹੀ ਵਧਾਏ ਹੋਏ ਆ, ਅਤੇ ਫਿਰ ਉਸ ਚੀਜ਼ ਦਾ ਸਵਾਦ ਤਾਂ ਕੋਈ ਹੈ ਨਹੀਂ। ਉਹਦੇ ਵਿੱਚ ਪੋਸਟਾਂ ਬਕਾਇਦਾ ਪਾਈਆਂ ਜਾਣੀਆਂ ਸਿੰਗਰਾਂ ਵੱਲੋਂ, ਬਕਾਇਦਾ ਮੈਂ ਕਹਿੰਦਾ ਵੀ ਲਿਖ ਕੇ ਪਾਇਆ ਜਾਂਦਾ ਜੀ ਸਾਡੇ 100 ਮਿਲੀਅਨ ਹੋ ਗਏ, 10 ਮਿਲੀਅਨ ਹੋ ਗਏ, ਅਤੇ ਉਹ ਕਿਤੇ ਨਾ ਕਿਤੇ ਤੁਸੀਂ ਸਮਝ ਲਓ ਕਿ ਦਰਸ਼ਕਾਂ ਨੂੰ ਗੁੰਮਰਾਹ ਕਰਨ ਵਾਲੀ ਚੀਜ਼। ਬਿਲਕੁਲ, ਉੱਦਾਂ ਚਾਹੀਦਾ ਨਹੀਂ। ਵੈਸੇ ਹੁਣ ਫੇਕ ਵਿਊਜ਼ ਦਾ ਥੋੜ੍ਹਾ ਘਟਿਆ, ਯੂਟਿਊਬ ਨੇ ਵੀ
ਠੀਕ ਹੈ ਜੀ। ਸੋ ਅਗਲਾ ਜਿਹੜਾ ਮੇਰਾ ਸਵਾਲ ਹੈ ਵੀ ਤੁਸੀਂ ਅਜਮੇਰ ਔਲਖ ਜੀ ਨਾਲ ਜੁੜੇ ਰਹੋ, ਉਹਨਾਂ ਦੇ ਮਤਲਬ ਬੜੇ ਅੱਛੇ ਉਹ ਨਾਟਕਕਾਰ ਹੋਏ, ਉਹਨਾਂ ਨੇ ਬੜੇ ਅੱਛੇ ਨਾਟਕ ਲਿਖੇ, ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਤੋਂ ਤੁਹਾਨੂੰ ਕੀ ਕੁਛ ਸਿੱਖਣ ਨੂੰ ਮਿਲਿਆ, ਉਹਨਾਂ ਤੋਂ ਤੁਸੀਂ ਕਿੰਨਾ ਕੁ ਇੰਸਪਾਇਰ ਸੀ? ਔਲਖ ਸਾਹਿਬ ਕੋਈ ਇਨਸਾਨ ਤਾਂ ਹੈ ਨਹੀਂ ਸੀ, ਉਹ ਤਾਂ ਸੰਸਥਾ ਸੀਗੇ ਜੀ ਇੱਕ। ਬਿਲਕੁਲ ਜੀ। ਅਤੇ ਉਹਨਾਂ ਦੀ ਜਿੰਨੀ ਵੀ ਸੰਗਤ ਕੀਤੀ ਹੈ, ਕਿਉਂਕਿ ਪਾਪਾ ਸੀਗੇ ਸਾਡੇ, ਮੇਰੇ ਫਾਦਰ ਇਨ ਲਾਅ ਸੀਗੇ, ਤਾਂ ਉਹ ਮਤਲਬ ਉਹਨਾਂ ਦੇ ਨਾਟਕਾਂ ਤੋਂ, ਕਿਉਂਕਿ ਮੱਧਵਰਗੀ ਕਿਸਾਨੀ 'ਚੋਂ ਇਨਕਲਾਬੀ ਉਹਨਾਂ ਨੇ ਨਾਟਕ ਲਿਖੇ ਨੇ, ਇਨਕਲਾਬੀ ਗੱਲਾਂ ਕੀਤੀਆਂ, ਸੋ ਉਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਅਚੇਤ 'ਚ ਸੁਚੇਤ ਰੂਪ ਦੇ ਵਿੱਚ ਬਹੁਤ ਪ੍ਰਭਾਵ ਮੇਰੇ 'ਤੇ ਹੈ ਵੀ, ਔਰ ਉਹਨਾਂ ਚੀਜ਼ਾਂ ਨੇ ਗਵਾਇਆ ਜੀ ਕਿ ਮਰਦ ਦਲੇਰ ਕਮਲੇ ਆਏ ਖੁਦਕੁਸ਼ੀਆਂ ਨਹੀਂ ਕਰਦੇ, ਜਾਂ ਇੱਦਾਂ ਦੇ ਗੀਤ ਜੇ ਮੈਂ ਗਾਏ ਤਾਂ ਉਹ ਮੈਨੂੰ ਲੱਗਦਾ ਔਲਖ ਸਾਹਿਬ ਹੋਰਾਂ ਦੀ ਦੇਣੀ ਹੈ। ਕੋਈ ਐਸਾ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ, ਕਿਉਂਕਿ ਤੁਹਾਡੇ ਗੀਤਾਂ ਦੀ ਲਾਈਨ ਹੈ ਜਿਹੜੀ ਬਹੁਤ ਲੰਬੀ ਹੈ, ਗਿਣਤੀ ਬਹੁਤ ਹੈ, ਕੋਈ ਇਹੋ ਜਿਹਾ ਗੀਤ ਜਿਹੜਾ ਮਤਲਬ ਤੁਸੀਂ ਅੱਜ ਵੀ ਤੁਹਾਡੀ ਰੂਹ ਦੇ ਨੇੜੇ ਆ, ਰੂਹ ਨੂੰ ਸਕੂਨ ਦਿੰਦਾ, ਉਹ ਗੀਤ ਸਾਡੇ ਦਰਸ਼ਕਾਂ ਦੇ ਸਾਹਮਣੇ ਕਰੋ। ਹਾਂ, ਗੀਤ ਤਾਂ ਬਹੁਤ ਨੇ, ਪਰ ਮੈਂ ਕਿਉਂਕਿ ਔਲਖ ਸਾਹਿਬ ਦਾ ਜ਼ਿਕਰ ਹੁੰਦਾ ਅਤੇ ਮੈਂ ਇੱਕ ਗੀਤ ਦੇ ਵਿੱਚ ਰਾਈਟਰਸ ਦੇ ਕਾਫੀ ਦੇ ਨਾਮ ਲਏ, ਪਾਪਾ ਹੋਰਾਂ ਦਾ, ਔਲਖ ਸਾਹਿਬ ਹੋਰਾਂ ਦਾ ਨਾਮ ਵੀ ਮੈਂ ਜ਼ਿਕਰ ਜ਼ਰੂਰ ਕੀਤਾ, ਸੋ ਮੈਂ ਦਰਸ਼ਕਾਂ ਦੇ ਬਿਲਕੁਲ ਉਹ ਸੀਗਾ ਕਿ ਹੋ ਸਾਡੇ ਚੇਤਿਆਂ 'ਚ ਕਈਆਂ ਅਤੇ ਦਾਤੀਆਂ ਦੇ ਗੀਤ, ਥੋੜ੍ਹੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ, ਸਾਡੇ ਚੇਤਿਆਂ 'ਚ ਕਈਆਂ ਅਤੇ ਦਾਤੀਆਂ ਦੇ ਗੀਤ, ਥੋੜ੍ਹੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ, ਉਹ ਬਾਲੀਵੁੱਡ ਦੇ ਸ਼ਬਾਬ ਵਰਗੀ ਅਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ, ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ, ਉਹ ਲਾਉਣ ਦੇ ਗੁਲਾਬ ਵਰਗੀ ਅਤੇ ਮੈਂ ਗੀਰਿਆਂ 'ਚ ਉਗਰੀ ਚੜਾਈ, ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇੱਕ ਹੋਰ ਜਿਹੜੀ ਤੁਹਾਡੇ ਗਾਣਾ ਸੁਣ ਕੇ, ਗੀਤ ਸੁਣ ਕੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਤੁਹਾਡੇ ਜਿਹੜੀ ਸ਼ਬਦਾਵਲੀ ਆ, ਕਾਫੀ ਠੇਠ ਸ਼ਬਦਾਵਲੀ ਤੁਸੀਂ ਵਰਤਦੇ ਹੋ, ਕਿਤੇ ਨਾ ਕਿਤੇ ਤੁਹਾਨੂੰ ਕਦੇ ਇਹ ਨਹੀਂ ਮਹਿਸੂਸ ਹੋਇਆ ਕਿ ਜਿਹੜੀ ਅੱਜ ਦੀ ਨੌਜਵਾਨੀ ਆ ਉਹ ਪੰਜਾਬੀ ਤੋਂ ਦੂਰ ਜਾ ਰਹੀ ਹੈ, ਭਾਸ਼ਾ ਤੋਂ ਦੂਰ ਜਾ ਰਹੀ ਹੈ, ਉਹ ਜਿਹੜੀ ਇਹਨਾਂ ਸ਼ਬਦਾਂ ਨੂੰ ਉਹਨਾਂ ਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਜਾਂ ਕਿਤੇ ਇਸ ਤਰ੍ਹਾਂ ਦਾ ਲੱਗਿਆ ਤੁਹਾਨੂੰ? ਬਿਲਕੁਲ, ਹੁਣ ਮੈਂ ਖੈਰ ਸੋਚ ਕੇ ਗਾਣੇ ਜਦੋਂ ਲਿਖਦੇ ਹਾਂ, ਪਰ ਜਦੋਂ ਸ਼ਿਵ ਦੀ ਕਿਤਾਬ ਲਿਖਿਆ ਇਹ ਗਾਣਾ, ਤਾਂ ਉਦੋਂ ਮੈਨੂੰ ਇਹ ਸੀਗਾ ਕਿ ਗਾਣਾ ਤਾਂ ਮੈਂ ਸ਼ੌਂਕ ਨਾਲ ਹੀ ਕਰਨਾ, ਪਰ ਬਾਅਦ ਦੇ ਵਿੱਚ ਇਹਦੇ ਇੰਨੇ ਗੁੱਡ ਰਿਜ਼ਲਟਸ ਆਏ ਕਿ ਬਹੁਤ ਸਾਰੇ ਸਕੂਲਾਂ ਤੋਂ, ਕਾਲਜਿਸ ਤੋਂ ਮੈਨੂੰ ਪ੍ਰੋਫੈਸਰਾਂ ਦੇ ਵੀ ਹੋਰ ਫੋਨ ਆਏ ਕਿ ਸਾਨੂੰ ਮੁੰਡੇ ਪੁੱਛਦੇ ਆ ਕਿ ਜੀ ਸ਼ਿਵ ਕੁਮਾਰ ਨੂੰ ਤਾਂ ਜਾਣਦੇ ਹਾਂ, ਇਹ ਪਾਸ਼ ਕੌਣ ਸੀ? ਸੋ ਉਹਨਾਂ ਨੇ ਪੜ੍ਹਿਆ, ਮਤਲਬ ਸਾਹਿਤ ਨਾਲ, ਲਿਟਰੇਚਰ ਨਾਲ ਜੁੜੇ, ਔਲਖ ਕੌਣ ਹੈ? ਬਹੁਤ ਸਾਰੇ ਲੋਕ ਔਲਖ ਨੂੰ ਜਾਣਦੇ ਨੇ, ਪਰ ਬਹੁਤ ਨਵੀਂ ਪੀੜ੍ਹੀ ਪ੍ਰੋਫੈਸਰ ਅਜਮੇਰ ਔਲਖ ਨੂੰ, ਸ਼ਾਇਦ ਉਹਨਾਂ ਨੇ ਨਾਟਕ ਨਾ ਪੜ੍ਹੇ ਹੋਣ, ਸੋ ਉਹਨਾਂ ਨੇ ਪੁੱਛਿਆ ਕਿ ਜੀ ਔਲਖ ਦੇ ਨਾਟਕਾਂ ਦਾ ਭਾਈ ਵੀ ਇਹ ਕੌਣ ਹੈ? ਸੋ ਉਹ ਮੈਂ ਸਮਝਦਾ ਕਿ ਗੀਤ ਦੇ ਥਰੂ ਜੇ ਜਿੰਨੀ ਕੁ ਕੋਸ਼ਿਸ਼ ਹੋਈ ਹੈ ਕਿ ਸਾਹਿਤ ਦੇ ਨਾਲ, ਕਿਤਾਬਾਂ ਨਾਲ ਜਿੰਨੇ ਵੀ ਮੇਰੇ ਵੀਰ ਜੁੜੇ ਆ, ਉਹ ਮੈਂ ਸਮਝਦਾ ਕਿ ਮੈਨੂੰ ਇਸ ਗੱਲ ਦੀ ਬਹੁਤ ਵਧੀਆ ਲੱਗੀ ਗੱਲ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੇ ਪੁਰਾਣੇ ਨਾਂ ਨੇ, ਪੁਰਾਣੇ ਸ਼ਬਦ ਨੇ, ਭਾਸ਼ਾ ਜਿਹੜੀ ਆ ਉਹ ਚੇਂਜ ਹੋ ਰਹੀ ਆ, ਜਿਹੜੇ ਭਾਸ਼ਾ ਦੇ ਵਿੱਚ ਪਰਿਵਰਤਨ ਆ ਰਹੇ ਆ, ਤੁਸੀਂ ਵੀ ਨਵੀਂ ਭਾਸ਼ਾ ਨੂੰ ਐਕਸੈਪਟ ਕਰੋਗੇ ਜਾਂ ਨਵੀਂ ਭਾਸ਼ਾ ਦੇ ਵਿੱਚ ਸ਼ਬਦਾਂ ਦਾ ਕਹਿ ਲਓ, ਜਿਵੇਂ ਆਪਾਂ ਕਹਿ ਲਓ ਕਿ ਅੰਗਰੇਜ਼ੀ ਦਾ ਜਿਹੜਾ ਵਿੱਚ ਮਿਲਵਰਤਨ ਹੋ ਰਿਹਾ ਗੀਤਾਂ ਦੇ ਵਿੱਚ, ਅੰਗਰੇਜ਼ੀ ਸ਼ਬਦ ਵਰਤੇ ਜਾ ਰਹੇ ਨੇ, ਕੁਛ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਨੇ ਜਿਹੜੇ ਕਿ ਸਾਡੀ ਭਾਸ਼ਾ ਦਾ ਹਿੱਸਾ ਨਹੀਂ ਹੈਗੇ, ਤੁਸੀਂ ਵੀ ਉਸ ਪਾਸੇ ਵੱਲ ਆਪਣਾ ਮੁਹਾਂਦਰਾ ਕਰੋਗੇ? ਉਹ ਗੱਲ ਕਰਦੇ ਸੀਗੇ ਕਿ ਪੰਜਾਬੀ ਦਾ ਹਾਜ਼ਮਾ ਬਹੁਤ ਵੱਡਾ, ਇਹ 'ਚ ਕਦੋਂ ਸ਼ਬਦ ਕੁਛ ਭੈਠ ਕਰ ਜਾਂਦੇ ਕੁਝ ਪਤਾ ਨਹੀਂ ਲੱਗਦਾ। ਮੈਂ ਤਾਂ ਖੁਦ ਹੀ ਗਾਣਾ ਗੁੱਡ ਮੋਰਨਿੰਗ ਗਾਇਆ ਸੀ ਤਾਂ ਉੱਠੋ ਜੀ ਤੁਹਾਡੀ ਜਾਨ ਗੁੱਡ ਮੋਰਨਿੰਗ ਕਹਿੰਦੀ ਹੈ। ਸੋ ਜਿਹੜੀ ਆਮ ਜਿਹੜੀ ਭਾਸ਼ਾ ਨਾ, ਜਿਹੜੀ ਤੁਹਾਡੀ ਪ੍ਰਚਲਿਤ ਹੋ ਜਾਂਦੇ ਕੋਈ ਸ਼ਬਦ, ਉਹ ਫਿਰ ਮੱਲੋ ਮੱਲੀ ਤੁਹਾਡੀ ਭਾਸ਼ਾ 'ਚ ਰਲਗੱਡ ਹੋ ਜਾਂਦੇ ਨੇ। ਜਿਵੇਂ ਅੱਜ ਕੱਲ੍ਹ ਮੇਰਾ ਇੱਕ ਗੀਤ ਵੀ ਨਵਾਂ ਹੈਗਾ ਕਿ ਇੰਗਲਿਸ਼ ਬੋਲੇ ਤਾਂ ਫਰਾਟੇਦਾਰ ਬੋਲਦੀ, ਹਿੰਦੀ ਵੀ ਤੂੰ ਸੋਹਣੀ ਹੈ ਸ਼ਰਾਟੇਦਾਰ ਬੋਲਦਾ, ਪੌਣਾ ਵਿੱਚ ਜਾਣੀ ਹੈ ਪਤਾਸੇ ਘੋਲਦੀ, ਪਰ ਬੜੀ ਸੋਹਣੀ ਲੱਗੇ ਤੂੰ ਪੰਜਾਬੀ ਬੋਲਦੀ। ਹਾਂਜੀ, ਸੋ ਪੰਜਾਬੀ ਤਾਂ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਸ਼ੁੱਧ ਪੰਜਾਬੀ ਬੋਲੀ ਜਾਵੇ ਬੋਲਚਾਲ ਦੀ ਭਾਸ਼ਾ ਦੇ ਵਿੱਚ ਵੀ, ਪਰ ਹੁਣ ਕਿਉਂਕਿ ਕਈ ਸ਼ਬਦ ਹੀ ਇੱਦਾਂ, ਹੁਣ ਤੁਸੀਂ ਇੱਕ ਬਿਲਕੁਲ ਕਾਮਨ ਜਿਹਾ ਸ਼ਬਦ ਆ, ਬਹੁਤ ਘੱਟ ਲੋਕ ਆ ਜਿਹੜੇ ਕਹਿਣਗੇ ਚੀਜ਼ ਥੱਲੇ ਰੱਖਦੇ, ਨੀਚੇ ਆ ਗਿਆ ਨਾ, ਮਤਲਬ ਕਦੋਂ ਕਿਹੜੀ ਚੀਜ਼ ਕਿੱਥੇ ਕੁਛ ਭੈਠ ਕਰੀ ਜਾਂਦੀ ਤੁਹਾਨੂੰ ਪਤਾ ਨਹੀਂ ਲੱਗਦਾ। ਫਿਰ ਤੁਸੀਂ ਕੰਧਾਂ 'ਤੇ ਲਿਖਿਆ ਪੜਿਆ ਹੋਊਗਾ ਦੀਵਾਰ 'ਤੇ ਪੋਸਟਰ ਲਾਉਣਾ ਮਨ ਹੈ, ਕੰਧ 'ਤੇ ਪੋਸਟਰ ਲਾਉਣਾ ਮਨ ਹੈ। ਸੋ ਇਹ ਸ਼ੁੱਧ ਪੰਜਾਬੀ ਬਹੁਤ ਥਾਵਾਂ ਤੋਂ ਗਾਇਬ ਹੋ ਰਹੀ ਹੈ, ਬਿਲਕੁਲ ਵੈਸੇ ਤਾਂ ਫਿਕਰ ਵਾਲੀ ਗੱਲ ਹੀ ਇਹ, ਬਿਲਕੁਲ ਜੀ ਬਿਲਕੁਲ, ਅਤੇ ਪਰ ਖੈਰ ਹੁਣ ਸਮੇਂ ਦੇ ਵਹਾਅ ਦੇ ਵਿੱਚ ਕਈ ਚੀਜ਼ਾਂ 'ਚ ਤਬਦੀਲੀ ਆਉਂਦੀ। ਬਰਾੜ ਸਾਹਿਬ, ਇੱਕ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿ ਤੁਹਾਡਾ ਜਿਹੜੀ ਗੀਤਕਾਰੀ ਅਤੇ ਗਾਇਕੀ ਦੋਨੋਂ ਹੀ ਜਿਹੜੀ ਸੱਭਿਅਕ ਹੈਗੀ ਹੈ,
ਤੁਸੀਂ ਇੱਕ ਖਾਸ ਮੁਕਾਮ ਰੱਖਦੇ ਹੋ ਗਾਇਕੀ ਦੇ ਵਿੱਚ, ਜਿੱਥੇ ਕਿਤੇ ਸੱਭਿਆਚਾਰ ਜਾਂ ਸੱਭਿਅਕ ਗਾਇਕੀ ਦਾ ਨਾਂ ਆਉਂਦਾ ਉੱਥੇ ਗੁਰਵਿੰਦਰ ਬਰਾੜ ਦਾ ਨਾਮ ਆਪ ਮੁਹਾਰੇ ਮੂੰਹ 'ਚੋਂ ਨਿਕਲ ਜਾਂਦਾ। ਸੋ ਜਿਹੜੇ ਹੁਣ ਜਿਹੜੇ ਨਵੇਂ ਗਾਇਕ ਆ ਰਹੇ ਨੇ, ਨਵੇਂ ਮੁੰਡੇ ਗਾਉਣ ਵਾਲੇ ਪਾਸੇ ਆ ਰਹੇ ਨੇ, ਉਹਨਾਂ ਨੂੰ ਕੋਈ ਮੈਸੇਜ ਜ਼ਰੂਰ ਦਿਓ ਕਿ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾਈ ਗਈ ਆ ਕਿ ਤੁਸੀਂ ਜਿਹੜੇ ਉਹਨਾਂ ਚਿਰ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਚਿਰ ਤੁਸੀਂ ਅਸ਼ਲੀਲ ਚੀਜ਼ਾਂ ਜਾਂ ਅਸ਼ਲੀਲ ਭਾਸ਼ਾ ਜਿਹੜੀ ਉਹ ਨਹੀਂ ਵਰਤਦੇ ਜਾਂ ਕੁਛ ਅਸ਼ਲੀਲਤਾ ਵੀਡੀਓ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਬਾਰੇ ਇੱਕ ਤੁਸੀਂ ਮੈਸੇਜ ਜ਼ਰੂਰ ਦਿਓ। ਕਿਉਂਕਿ ਮੈਂ ਚਾਹੂੰਗਾ, ਕਿਉਂਕਿ ਤੁਹਾਡਾ ਜਿਹੜਾ ਅਕਸ ਹੈ ਹੁਣ ਤੱਕ ਤੁਸੀਂ ਜਿਹੜਾ ਕਮਾਇਆ ਉਹ ਇੱਕ ਬਹੁਤ ਮਤਲਬ ਇੱਕ ਮੁਕਾਮ ਰੱਖਦਾ। ਵੈਸੇ ਵੀਰੇ ਮੈਸੇਜ ਕੋਈ ਸੁਣਦਾ ਨਹੀਂ ਨਾ ਹੀ ਲੈਂਦਾ, ਵੈਸੇ ਤਾਂ ਸਿੱਧੀ ਗੱਲ ਤਾਂ ਇਹ ਹੈ ਨਾ, ਪਰ ਫਿਰ ਵੀ ਮੈਂ ਸਮਝਦਾ ਜੀ ਤੁਸੀਂ ਲੰਬਾ ਸਮਾਂ ਚੱਲਣਾ, ਕਿਉਂਕਿ ਪਰਿਵਾਰਕ ਜੇ ਤੁਸੀਂ ਗਾਓਗੇ ਥੋੜ੍ਹਾ ਤਾਂ ਤੁਹਾਡੇ ਸ਼ੋਅ ਵੀ ਪਰਿਵਾਰਕ ਬਹੁਤ ਹੋਣਗੇ। ਅੱਜ ਵੀ ਤੁਸੀਂ ਵੇਖ ਲਓ ਵੀ ਜਿਹੜੇ ਬੰਦੇ ਫੈਮਿਲੀ ਸੌਂਗ ਗਾਉਂਦੇ ਨੇ ਜ਼ਿਆਦਾ ਪ੍ਰੋਗਰਾਮ ਉਹਨਾਂ ਕੋਲ ਹੀ ਜ਼ਿਆਦਾ ਨੇ। ਨਹੀਂ ਇਹਦੇ 'ਚ ਗੱਲ ਇਹ ਹੈ ਵੀ ਤੁਸੀਂ ਗੱਲ ਕੀਤੀ ਮੈਸੇਜ ਕੁਛ ਸੁਣਦੇ, ਪਰ ਤਜਰਬੇ ਦੇ ਨਾਲ ਤੁਹਾਡਾ ਜਿਹੜਾ ਐਕਸਪੀਰੀਅੰਸ ਆਇਆ ਤੁਸੀਂ ਲੰਬੇ ਸਮੇਂ ਤੋਂ ਗਾਇਕੀ ਦੇ ਖੇਤਰ ਦੇ ਵਿੱਚੋਂ, ਉਹ ਐਕਸਪੀਰੀਅੰਸ ਵੀ ਕਿਤੇ ਨਾ ਕਿਤੇ ਕਾਊਂਟ ਕਰਦਾ, ਉਹ ਮਹੱਤਤਾ ਰੱਖਦਾ। ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ ਉਹ ਇਸ ਚੀਜ਼ ਨੂੰ ਦੇਖਦੀ ਹੈ ਕਿ ਇਹਨਾਂ ਨੇ ਜੇ ਇੰਨਾ ਚਿਰ ਸਥਿਰ ਰਹੇ ਨੇ, ਆਪਣੇ ਆਪ ਨੂੰ ਗਾਇਕੀ ਦੇ ਵਿੱਚ ਗੀਤਕਾਰੀ ਦੇ ਵਿੱਚ ਸਥਿਰ ਰੱਖਿਆ, ਤਾਂ ਉਹਦਾ ਕੋਈ ਨਾ ਕੋਈ ਕਾਰਨ, ਉਹਦਾ ਨਾ ਕੋਈ ਰੀਜ਼ਨ ਹੋਏਗਾ। ਉਸ ਕਰਕੇ ਮੈਂ ਗੱਲ ਕਰ ਰਿਹਾ। ਹਾਂ ਬਿਲਕੁਲ, ਉਹਦੇ ਨਾਲ ਇਹ ਨਹੀਂ ਕਿਸੇ ਸਹਾਰਾ ਲੈਣ ਦੀ ਲੋੜ ਨਹੀਂ, ਉਹ ਤਾਂ ਥੋੜ੍ਹੀ ਮਿਹਨਤ ਹੈ ਜੀ, ਤੁਸੀਂ ਗਲੇ ਦੀ ਮਿਹਨਤ, ਆਪਦੀ ਫਿਟਨੈਸ ਦੀ ਮਿਹਨਤ, ਤੁਹਾਡੀ ਸਿਲੈਕਸ਼ਨ ਦੀ ਮਿਹਨਤ, ਆਪਦੇ ਕੰਮ ਨੂੰ ਜਿਹੜਾ ਬੰਦਾ ਡੈਡੀਕੇਟਡ ਹੈ ਉਹ ਇੱਕ ਨਾ ਇੱਕ ਦਿਨ ਕੁਛ ਨਾ ਕੁਛ ਲਾਈ ਡਿੱਗਦਾ, ਹੈ ਨਾ। ਅੱਛਾ, ਉਹਨੂੰ ਜ਼ਰੂਰੀ ਨਹੀਂ ਕਿ ਮੈਂ ਗਾਣਾ ਲੱਚਰ ਗਾਵਾਂ ਜਾਂ, ਬਲਕਿ ਗਾਣੇ ਤਾਂ ਜਿੰਨੇ ਹਕੀਕਤ ਨਾਲ ਜੁੜੇ ਹੋਣਗੇ, ਜਿੰਨੇ ਹਕੀਕਤ ਦੇ ਨੇੜੇ ਹੋਣਗੇ, ਉਹੀ ਚਿਰ ਸਥਾਈ ਬਣਦੇ ਨੇ, ਮੀਲ ਪੱਥਰ ਜਿਨ੍ਹਾਂ ਨੂੰ ਕਹਿੰਦੇ ਨੇ। ਬਰਾੜ ਸਾਹਿਬ, ਲਾਸਟ ਸਵਾਲ ਤੁਹਾਨੂੰ ਮੈਂ ਕਰਨਾ ਚਾਹਾਂਗਾ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਪਲਾਨਿੰਗਸ ਕੀ ਨੇ, ਕਿਸ ਤਰ੍ਹਾਂ ਦਾ ਤੁਸੀਂ ਗੀਤ ਲੈ ਕੇ ਆਇਓ ਜਾਂ ਫਿਲਮਾਂ ਵੱਲ ਜੇ ਤੁਸੀਂ ਰੁੱਖ ਕਰਨਾ ਤਾਂ ਕਿਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਕਰੋਗੇ? ਮੈਂ ਸਮਝਦਾ ਫਿਲਮਾਂ ਦੇ ਵਿੱਚ ਵੀ ਤੁਹਾਨੂੰ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਲੰਬਾ ਹੀ ਰੋਲ ਕਰੋ, ਬਹੁਤ ਯਾਦਗਾਰੀ ਜਿਵੇਂ ਗਾਣੇ ਯਾਦਗਾਰੀ ਹੁੰਦੇ, ਕੁਛ ਰੋਲ ਵੀ ਯਾਦਗਾਰੀ ਹੁੰਦੇ ਨੇ, ਹੈ ਨਾ। ਤੁਹਾਡੇ ਚਾਹੇ ਉਹ ਥੋੜ੍ਹੇ ਸਮੇਂ ਦਾ ਰੋਲ ਹੁੰਦਾ ਜਾਂ ਮਤਲਬ ਕਰੈਕਟਰ ਜਿਹੜਾ ਹੁੰਦਾ, ਅੱਛੇ ਲੈਵਲ ਦੀਆਂ ਜਿਹੜੀਆਂ ਫਿਲਮਾਂ ਹੈ, ਸੋ ਉਹਨਾਂ ਦੇ ਵਿੱਚ ਮੈਂ ਚਾਹੁੰਦਾ ਮਾਲਕ ਮਿਹਰ ਕਰੇ ਤਾਂ ਮੈਂ ਜ਼ਰੂਰ ਉਹ ਕਰੂੰਗਾ। ਅਤੇ ਗੀਤ ਆ ਜਿਹੜੇ ਸਾਡੇ ਕਮਰਸ਼ੀਅਲ ਗੀਤ ਆ ਰਹੇ ਨੇ ਜੀ, ਕਿਉਂਕਿ ਮਾਰਕੀਟ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਇਹੀ ਹੋਊਗੀ ਕਿ ਐਂ ਤਾਂ ਨਹੀਂ ਵੀ ਉਹ ਲੱਚਰ ਹੋਣ ਜਾਂ ਉਹ ਡਿਸਟਰਕਟਿਵ ਗਾਣੇ ਹੋਣ, ਪਰ ਇਹ ਆ ਕਿ ਕਮਰਸ਼ੀਅਲ ਗਾਣੇ ਜ਼ਰੂਰ ਨੇ। ਅਸੀਂ ਕੁਛ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਬਹੁਤ ਜਲਦੀ ਗੀਤ 4-5 ਗੀਤ ਲਾਈਨਅਪ ਕੀਤੇ ਹੋਏ ਨੇ। ਸੋ ਇਹ ਸਨ ਗੁਰਵਿੰਦਰ ਬਰਾੜ ਜੀ, ਜਿਨ੍ਹਾਂ ਨੇ ਗਾਇਕੀ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ, ਗੀਤਕਾਰੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ। ਸਭ ਤੋਂ ਵੱਡੀ ਗੱਲ ਇਹਨਾਂ ਦੀ ਜਿਹੜੀ ਪ੍ਰੇਜ਼ ਬਣਦੀ ਹੈ, ਇਹਨਾਂ ਦਾ ਜਿਹੜਾ ਮਾਣ ਸਤਿਕਾਰ ਬਣਦਾ ਉਹ ਹੈਗਾ ਕਿ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ, ਪੰਜਾਬੀ ਖੇਤਰ ਦੇ ਨਾਲ ਜੁੜੇ ਹੋਏ ਆ, ਪੰਜਾਬੀ ਕਿਸਾਨੀ ਨਾਲ ਜੁੜੇ ਹੋਏ ਜਿਹੜੇ ਇਹਨਾਂ ਨੇ ਗੀਤ ਪੇਸ਼ ਕੀਤੇ। ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ 'ਚ ਅਸੀਂ ਨਵੇਂ ਨਵੇਂ ਗੀਤਕਾਰ ਜਾਂ ਗਾਇਕ ਤੁਹਾਡੇ ਸਨਮੁਖ ਕਰਦੇ ਰਹਾਂਗੇ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।